विधानसभा हलका खेमकंद के पुलिस थाना बलटोहा अधीन पेंदे विधायक सुखपाल सिंह भुल्लर के जद्दी पिंड महमूदपुरा विखे एक्साइज विभाग ते पंजाब पुलिस बलटोहा दे सांझी मुहिम दौरान 67,500 मिलीलीटर नजायज़ शराब अते 2290 लीटर लाण समेत एक नूं काबू किया है। इस मौके ते शराब लाण चालू भट्ठियां ते शराब बनाउण दे मटीरियल समेत एक औरत दे पति अते कुछ होर व्यक्तियों नूं काबू किया है। हलका विधायक सुखपाल सिंह भुल्लर अते साबका मंत्री गुरजीत सिंह भुल्लर दा जद्दी अते रहायशी पिंड है। इत्थे पहला भी कई बार नजायज़ शराब कढ़न अते वेचण दे दोष विच पुलिस वल्लों दोषियां नूं कई बार काबू किया गया है। पंजाब मंग दा जवाब 8वां अजकल दे नौजवान ने 18 और 35 साल दे दरमियान उहनां नूं असीं स्मार्टफोन फुली लोडेड दे रहे हैं। मेरा नुक्ता है कैप्टन स्मार्टफोन स्कीम की मिलिया मुफ्त स्मार्टफोन। ਪੰਜਾਬ ਮੰਗ ਦਾ ਜਵਾਬ ਅੱਜ ਮਾਨ ਇੰਸਪੈਕਟਰ ਸਮੇਤ ਸਾਥੀ ਕਰਮਚਾਰੀਆਂ ਅੱਡਾ ਮਹਿਮੂਦ ਆਪਣੇ ਅਮਰਕੋਟ ਮੌਜੂਦ ਸੀ ਤੇ ਉੱਥੇ ਹੀ ਐਕਸਾਈਜ਼ ਸਟਾਫ ਤੇ ਐਕਸਾਈਜ਼ ਇੰਸਪੈਕਟਰ ਸਰਦਾਰ ਅਮਰੀਕ ਸਿੰਘ ਦੇ ਨਾਲ ਦੇ ਸਟਾਫ ਜਿਹੜੇ ਉਹ ਸਾਨੂੰ ਮੁਲਾਕੀ ਹੋਏ ਤੇ ਉੱਥੇ ਹੀ ਮੁਕਰ ਖਾਸ ਨੇ ਇਤਲਾਹ ਦਿੱਤੀ ਕਿ ਨਿਸ਼ਾਨ ਸਿੰਘ ਸਨ ਆਫ ਸਾਧਾ ਸਿੰਘ, ਹਰਚੰਦ ਸਿੰਘ ਸਨ ਆਫ ਪ੍ਰਗਟ ਸਿੰਘ, ਅਮਰੀਕ ਸਿੰਘ ਸਨ ਆਫ ਕਰਤਾਰ ਸਿੰਘ ਵਾਸੀ ਬੱਲਿਆਂਵਾਲਾ, ਹਰਚੰਦ ਸਿੰਘ ਸਨ ਆਫ ਸੁੱਖਾ ਸਿੰਘ ਵਾਸੀ ਮਹਿਮੂਦਪੁਰਾ ਅਤੇ ਗੁਰਪਿੰਦਰ ਸਿੰਘ ਸਨ ਆਫ ਸਰਵਣ ਸਿੰਘ ਵਾਸੀ ਮਹਿਮੂਦਪੁਰਾ, ਜਿਹੜੇ ਆਪਣੇ ਘਰਾਂ 'ਚ ਭੱਠੀਆਂ ਲਾ ਕੇ ਸ਼ਰਾਬ ਨਸ਼ੀ ਨਜਾਇਜ਼ ਸ਼ਰਾਬ ਕੱਢਦੇ ਨੇ ਅਤੇ ਲੋਕਾਂ ਨੂੰ ਸਫਾਈ ਕਰਦੇ ਨੇ। ਜੇ ਇਹਨਾਂ ਦੇ ਘਰਾਂ 'ਚ ਰੇਡ ਕੀਤਾ ਜਾਵੇ ਤਾਂ ਹੁਣੇ ਕਾਫੀ ਮਾਤਰਾ ਵਿੱਚ ਸ਼ਰਾਬ ਨਜਾਇਜ਼ ਅਤੇ ਲਾਹਣ ਬਰਾਮਦ ਹੋ ਸਕਦੀ ਆ, ਜਿਸ 'ਤੇ ਮਾਨ ਇੰਸਪੈਕਟਰ ਵੱਲੋਂ 5 ਪੁਲਿਸ ਪਾਰਟੀਆਂ ਤਿਆਰ ਕਰਕੇ ਮਹਿਮੂਦਪੁਰਾ ਪਿੰਡ ਅਤੇ ਬੱਲਿਆਂਵਾਲ ਪਿੰਡ ਵਿੱਚ ਰੇਡ ਕਰਾਏ ਗਏ, ਜਿਸ 'ਤੇ SI ਬਲਵਿੰਦਰ ਸਿੰਘ ਨੇ ਨਿਸ਼ਾਨ ਸਿੰਘ ਸਨ ਆਫ ਸਾਧਾ ਸਿੰਘ ਵਾਸੀ ਮਹਿਮੂਦਪੁਰਾ ਦਾ ਘਰ ਰੇਡ ਕਰਕੇ ਚਾਲੂ ਭੱਠੀ, 160 ਲੀਟਰ ਬਾਇਲਰ ਤੇ ਲਾਣ ਤੇ 2 ਡਰਮ ਲਾਣ, 280 ਲੀਟਰ ਵੱਖਰੀ ਅਤੇ ਸ਼ਰਾਬ ਨਜਾਇਜ਼ ਦੀਆਂ 10 ਬੋਲਾਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਹੀ ਹਰਚੰਦ ਸਿੰਘ ਸਨ ਆਫ ਪ੍ਰਗਟ ਸਿੰਘ ਵਾਸੀ ਮਹਿਮੂਦਪੁਰਾ ਦੇ ਘਰ ASI ਦਲਵੀਰ ਸਿੰਘ ਨੇ ਸਮੇਤ ਸਾਥੀ ਕਰਮਚਾਰੀ ਰੇਡ ਕਰਕੇ 50 ਲੀਟਰ ਲਾਣ ਬਰਾਮਦ ਕੀਤੀ ਅਤੇ ਹਰਚੰਦ ਸਿੰਘ ਸਨ ਆਫ ਸੁੱਖਾ ਸਿੰਘ ਵਾਸੀ ਮਹਿਮੂਦਪੁਰਾ ਦੇ ਘਰ ASI ਚੰਦ ਸਿੰਘ ਨੇ ਰੇਡ ਕਰਕੇ 8 ਡਰਮ ਲਾਣ ਵਿੱਚੋਂ 8 ਡਰਮਾਂ ਵਿੱਚੋਂ ਟੋਟਲ 1440 ਲੀਟਰ ਲਾਣ ਅਤੇ 40 ਬੋਤਲਾਂ ਸ਼ਰਾਬ ਨਜਾਇਜ਼ ਜਿਹੜੀ ਬਰਾਮਦ ਕੀਤੀ। ਅਤੇ ਇਸੇ ਤਰ੍ਹਾਂ ਹੀ ਗੁਰਪਿੰਦਰ ਸਿੰਘ ਸਨ ਆਫ ਸਰਵਣ ਸਿੰਘ ਵਾਸੀ ਮਹਿਮੂਦਪੁਰਾ ਦੇ ਪਾਸੋਂ ਸਮੇਤ ਐਕਟਿਵਾ ਨੂੰ ਕਾਬੂ ਕਰਕੇ ਉਹਦੇ ਕੋਲ 40 ਬੋਤਲਾਂ ਸ਼ਰਾਬ SI ਕਵਲਜੀਤ ਰਾਏ ਨੇ ਬਰਾਮਦ ਕਰਕੇ ਕੀਤੇ ਅਤੇ ASI ਗੁਰਨਾਮ ਸਿੰਘ ਨੇ ਅਮਰੀਕ ਸਿੰਘ ਸਨ ਆਫ ਕਰਤਾਰ ਸਿੰਘ ਵਾਸੀ ਬੱਲਿਆਂਵਾਲੇ ਦੇ ਘਰ ਰੇਡ ਕਰਕੇ 2 ਡਰਮ ਲਾਣ ਕੁੱਲ 360 ਲੀਟਰ ਲਾਣ ਬਰਾਮਦ ਕਰਕੇ ਕੀਤੇ, ਜੋ ਇਹਨਾਂ ਪੰਜਾਂ ਦੇ ਵੱਖ ਵੱਖ ਤਰ੍ਹਾਂ ਦੇ ਮੁਕੱਦਮੇ ਜਿਹੜੇ ਉਹ ਸਾਰੇ ਐਕਸਾਈਜ਼ ਐਕਟ ਦੇ ਅਧੀਨ ਦਰਜ ਕੀਤੇ ਗਏ ਨੇ। ਤਫਤੀਸ਼ ਜਾਰੀ ਆ, ਬਾਕੀ ਦੋਸ਼ੀ ਜਿਹੜੇ ਆ ਉਹ ਪੁਲਿਸ ਪਾਰਟੀ ਨੂੰ ਆਮਦਨ ਵੇਖ ਕੇ ਅੱਗੇ ਪਿੱਛੇ ਹੋ ਗਏ, ਭਗੌੜੇ ਹੋ ਗਏ ਅਤੇ ਗੁਰਪਿੰਦਰ ਸਿੰਘ ਵਾਸੀ ਮਹਿਮੂਦਪੁਰਾ ਨੂੰ ਕਾਬੂ ਕੀਤਾ ਗਿਆ। ਟੋਟਲ ਕਿੰਨੀ ਰਿਕਵਰੀ ਹੈ ਸ਼ਰਾਬ ਦੀ ਲਾਣ? ਟੋਟਲ 67,500 ML ਸ਼ਰਾਬ ਨਜਾਇਜ਼ ਅਤੇ 2290 ਲੀਟਰ ਲਾਣ ਜਿਹੜੀ ਉਹ ਬਰਾਮਦ ਹੋਈ। ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਜਿਸ ਵਿੱਚ ਬੀਤੇ ਦਿਨ ਨਾਕੇ ਦੌਰਾਨ ਇੱਕ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਰਾਬ ਨੂੰ ਪੇਟੀਆਂ ਦੀ ਬਜਾਏ ਟਰੱਕ ਵਿੱਚ ਰੱਖੀ ਹੋਈ ਸੀ ਤਾਂ ਕਿ ਖਾਲੀ ਟਰੱਕ ਰਾਹੀਂ ਪੁਲਿਸ ਨੂੰ ਗੁੰਮਰਾਹ ਕੀਤਾ ਜਾਵੇ। ਇਸ ਮੌਕੇ 'ਤੇ ਕਾਰ, ਟਰੱਕ ਅਤੇ 400 ਪੇਟੀ ਸ਼ਰਾਬ ਦੇ ਨਾਲ 2 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। DGP ਪੰਜਾਬ ਸ਼੍ਰੀ ਦਿਨਕਰ ਗੁਪਤਾ ਜੀ ਨੇ ਜਿਹੜੀ ਸਪੈਸ਼ਲ ਮੁਹਿੰਮ ਛੇੜੀ ਹੋਈ ਹੈ ਨਸ਼ਿਆਂ ਦੇ ਖਿਲਾਫ ਅਤੇ ਮਾੜੇ ਅੰਸਰਾਂ ਦੇ ਖਿਲਾਫ, ਉਸਨੂੰ ਗਾਹ ਵਧਾਉਂਦਿਆਂ ਹੋਇਆ ਕੱਲ੍ਹ ਹੁਸ਼ਿਆਰਪੁਰ ਪੁਲਿਸ ਨੂੰ ਕਾਫੀ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਫੜ ਕੇ ਸਫਲਤਾ ਮਿਲੀ। ਉਸ ਨਾਕਾਬੰਦੀ ਦੌਰਾਨ ਟਰੱਕ ਨੂੰ ਜਦੋਂ ਰੋਕਿਆ ਗਿਆ, ਪਹਿਲਾਂ ਕਾਰ ਰੋਕੀ ਫਿਰ ਟਰੱਕ ਨੂੰ ਰੋਕਿਆ, ਅਤੇ ਉਸ ਦੇ ਵਿੱਚੋਂ 400 ਪੇਟੀ ਸ਼ਰਾਬ ਦੀ ਮਿਲੀ ਹੈ, ਜੋ ਕਿ ਬਹੁਤ ਵੱਡੀ ਕੁਆਂਟਿਟੀ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਪਹਿਲਾਂ ਇੰਨੀ ਵੱਡੀ ਕੁਆਂਟਿਟੀ 'ਚ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਰਿਕਵਰੀ ਨਹੀਂ ਹੋਈ। ਜੋ ਇੰਨੀ ਵੱਡੀ ਸ਼ਰਾਬ ਦੀ ਖੇਪ ਫੜ ਕੇ ਅਤੇ ਇਸ ਸਮਗਲਰਸ ਨੂੰ ਜਿਹੜੇ ਸ਼ਰਾਬ ਦੀ ਸਮਗਲਿੰਗ ਕਰਦੇ ਆ ਉਹਨਾਂ ਨੂੰ ਕਾਫੀ ਵੱਡਾ ਡੈਂਟ ਪਾਇਆ ਗਿਆ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਇਹ ਜਿਹੜਾ ਕੰਮ ਹੈ ਸ਼ਰਾਬ ਦੇ ਨਸ਼ਿਆਂ ਦੇ ਖਿਲਾਫ ਹੁਸ਼ਿਆਰਪੁਰ ਪੁਲਿਸ ਲਗਾਤਾਰ ਕਰ ਰਹੀ ਹੈ। ਪਿੱਛੇ ਜਿਹੀ ਜੇ ਤੁਹਾਨੂੰ ਯਾਦ ਹੋਵੇ ਤਾਂ ਅਸੀਂ 40,000 ਲੀਟਰ ਸਪਿਰਿਟ ਵੀ ਫੜੀ ਸੀ। ਸਪਿਰਿਟ ਤੋਂ 1 ਲੀਟਰ ਦੇ ਵਿੱਚੋਂ ਤਕਰੀਬਨ 4-5 ਲੀਟਰ ਸ਼ਰਾਬ ਅੱਗੇ ਬਣ ਜਾਂਦੀ ਹੈ, ਅਤੇ ਉਦੋਂ ਵੀ ਇਹ ਜਿਹੜਾ ਸ਼ਰਾਬ ਦਾ ਸਮਗਲਿੰਗ ਦਾ ਕੰਮ ਸੀਗਾ
ਇਹ ਸਾਰੀਆਂ ਗੱਡੀਆਂ ਜਿਹੜੀਆਂ ਗੁਰਦਾਸਪੁਰ ਵੱਲ ਜਾ ਰਹੀਆਂ ਸੀਗੀਆਂ। ਇਹਨਾਂ ਨੇ ਗੁਰਦਾਸਪੁਰ ਏਰੀਏ ਦੇ ਵਿੱਚ ਵੀ ਸ਼ਰਾਬ ਦੀ ਵਰਤੋਂ ਕਰਨੀ ਸੀ ਅਤੇ ਆਪਣੇ ਮਕੇਰੀਆਂ ਅਤੇ ਤਲਵਾੜਾ ਏਰੀਏ ਦੇ ਵਿੱਚ ਵੀ ਇਹਨਾਂ ਨੇ ਇਹ ਸ਼ਰਾਬ ਜਿਹੜੀ ਹੈ ਇਹ ਵੰਡਣੀ ਸੀਗੀ। ਸਰ ਇਹ ਜਿਹੜੀ ਸ਼ਰਾਬ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਸੀਗੇ, ਕੀ ਪਹਿਲਾਂ ਵੀ ਲਿਆਉਂਦੇ ਸੀਗੇ ਜਾਂ ਪਹਿਲੀ ਵਾਰ? ਇਹ ਹੁਣ ਪੁੱਛਗਿੱਛ ਕਰਾਂਗੇ ਇਹਨਾਂ ਦੀ। ਇਹਨਾਂ ਨੂੰ ਫੜਿਆ ਗਿਆ, ਇਹਨਾਂ ਦਾ ਰਿਮਾਂਡ ਲਿਆ ਗਿਆ ਅਤੇ ਬਟ ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਪੰਜਾਬ ਦੀ ਸ਼ਰਾਬ ਨਹੀਂ ਹੈ, ਆਊਟ ਆਫ ਸਟੇਟ ਸ਼ਰਾਬ ਹੈ। ਸਰ ਇੱਕ ਦੇਖਿਆ ਗਿਆ ਕਿ ਜਿੱਦਾਂ ਲੋਕਡਾਊਨ ਲੱਗਿਆ ਹੈਗਾ ਜਾਂ ਕਰਫਿਊ ਲੱਗਾ, ਉਹਦੇ ਵਿੱਚ ਵੀ ਇੱਦਾਂ ਦੇ ਅੰਸਰ ਜਿਹੜੇ ਆਪਣੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਨੇ, ਕਿਉਂਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਲਾਗਤ ਹੁੰਦੀ ਹੈ ਇਸ ਸਮੇਂ ਸ਼ਰਾਬ ਦੀ। ਇਹ ਬਾੜੇ ਅੰਸਰਾਂ ਨੇ ਤਾਂ ਹਰ ਤੁਹਾਨੂੰ ਪਤਾ ਚੀਜ਼ ਦਾ ਫਾਇਦਾ ਚੁੱਕਣਾ ਹੀ ਹੁੰਦਾ, ਬਟ ਕਿਉਂਕਿ ਹੁਸ਼ਿਆਰਪੁਰ ਪੁਲਿਸ ਕਾਫੀ ਮੁਸ਼ਤੈਦ ਹੈ, ਤੁਸੀਂ ਵੇਖਿਆ, ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਸਾਡੀ ਸਾਰੀ ਹੁਸ਼ਿਆਰਪੁਰ ਪੁਲਿਸ ਜਿਹੜੀ ਸਾਡੀ ਹੁਸ਼ਿਆਰਪੁਰ ਦੀ ਟੀਮ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਐਂਡ ਬਹੁਤ ਵੱਡੇ ਇਸੇ ਕਰਕੇ ਅਸੀਂ ਸਮਗਲਰਸ ਨੂੰ ਨੱਥ ਪਾ ਸਕੇ। ਇਹਦੇ ਵਿੱਚ ਸਾਡੀਆਂ ਰਿਕਵਰੀਜ਼, ਜਿੱਦਾਂ ਪਿੱਛੇ ਅਸੀਂ 8 ਕਿਲੋ ਹੈਰੋਇਨ ਫੜੀ ਸੀਗੀ, ਫਿਰ ਉਸ ਤੋਂ ਬਾਅਦ 40,000 ਲੀਟਰ ਸਪਿਰਿਟ ਫੜੀ ਹੈ ਅਤੇ ਹੁਣ ਅਸੀਂ ਆ ਸ਼ਰਾਬ ਜਿਹੜੀ 400 ਪੇਟੀ ਫੜੀ ਹੈ। ਇਸ ਦੇ ਨਾਲ ਨਾਲ ਹੀ ਕੱਲ੍ਹ ਜੇ ਤੁਹਾਨੂੰ ਯਾਦ ਹੋਵੇ ਗੜਸ਼ੰਕਰ ਪੁਲਿਸ ਨੇ 4 ਪਿਸਤੌਲ ਵੀ ਫੜੇ ਨੇ ਅਤੇ ਅਸੀਂ ਜੋ DGP ਸਾਹਿਬ ਦੀਆਂ ਹਦਾਇਤਾਂ ਨੇ ਉਹਦੇ ਅਕੋਰਡਿੰਗਲੀ ਹੁਸ਼ਿਆਰਪੁਰ ਪੁਲਿਸ ਕੰਮ ਕਰ ਰਹੀ ਹੈ ਐਂਡ ਮਾੜੇ ਅੰਸਰਾਂ ਦੇ ਖਿਲਾਫ਼ ਅਸੀਂ ਇਹ ਮੁਹਿੰਮ ਜਾਰੀ ਰੱਖਣੀ ਹੈ ਅਤੇ ਇਹਨਾਂ ਦਾ ਇੱਦਾਂ ਹੀ ਅਸੀਂ ਰਿਕਵਰੀਜ਼ ਕਰਕੇ ਇਹਨਾਂ ਦਾ ਲੱਕ ਤੋੜਦੇ ਰਹਿਣਾ। ਸਰ ਅਸੀਂ ਕਰ ਸਕਦੇ ਜਿੱਦਾਂ ਕਰਫਿਊ, ਜਿੱਦਾਂ ਇਸ ਕੱਲ੍ਹ ਲੋਕਡਾਊਨ ਤੋਂ ਪਹਿਲਾਂ ਵੀ ਗੱਲ ਕੀਤੀ ਲੱਗਿਆ ਕਿ ਪੁਲਿਸ ਨਾਕੇ 'ਤੇ ਤੈਨਾਤ ਹਰ ਨਾਕੇ 'ਤੇ, ਉਸ ਤੋਂ ਨਾਲ ਵੀ ਜੋੜੇ ਜਾ ਕੇ ਦੇ ਸਕਦਾ, ਕਿਉਂਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਮੁਲਾਜ਼ਮ ਹੈਗੇ ਆ ਇਸ ਵੇਲੇ ਤੈਨਾਤ ਹੈਗੇ ਆ ਖਾਸ ਕਰ ਰੋਡ ਦੇ। ਨਹੀਂ, ਇਹ ਫੋਰ ਸੇਲ ਹਿਮਾਚਲ ਨਹੀਂ, ਜਿਹੜੀ ਹੁਣ ਤੱਕ ਦੀ ਗੱਲ ਪਤਾ ਲੱਗੀ, ਵੈਸੇ ਅੰਗਰੇਜ਼ੀ ਸ਼ਰਾਬ ਹੈ ਬਟ ਆਊਟ ਆਫ ਸਟੇਟ ਪੰਜਾਬ ਤੋਂ ਆਈ ਹੈ ਅਤੇ ਇਹਦੀ ਹੁਣ ਅਸੀਂ ਇਨਵੈਸਟੀਗੇਸ਼ਨ ਵਗੈਰਾ ਹਿਮਾਚਲ ਨਹੀਂ, ਇਹਦੇ 'ਚ ਹਿਮਾਚਲ ਏਜ ਤਾਂ ਨਹੀਂ ਹੈ, ਬਟ ਇਹਦਾ ਏਰੀਆ ਜਿਹੜਾ ਇਹਦਾ ਜਿੱਥੇ ਇਹਨਾਂ ਨੇ ਦੇਣੀ ਸੀ ਉਹ ਮਕੇਰੀਆ ਏਰੀਆ ਅਤੇ ਨਾਲ ਗੁਰਦਾਸਪੁਰ ਦਾ ਏਰੀਆ ਸੀਗਾ ਅਤੇ ਇਹਦੇ ਵਿੱਚ ਜਿਹੜੇ ਬੰਦੇ ਫੜੇ ਗਏ ਆ ਉਹ ਵੀ ਗੁਰਦਾਸਪੁਰ ਦੇ ਹੈਗੇ ਨੇ, ਕਲੋਨਾ ਡਿਸਟ੍ਰਿਕਟ ਦੇ ਐਂਡ ਬਾਕੀ ਵੀ ਅਸੀਂ ਇਹਨੂੰ ਪੂਰੀ ਪੁੱਛਗਿੱਛ ਕਰਾਂਗੇ ਡੀਪਲੀ, ਜਿਹੜਾ ਵੀ ਕੋਈ ਇਹਦੇ 'ਚ ਇਨਵੋਲਵ ਹੋਏਗਾ ਉਹਦੇ ਖਿਲਾਫ਼ ਅਸੀਂ ਕੇਸ ਰਜਿਸਟਰ ਕਰਕੇ ਉਹਨੂੰ ਅਰੈਸਟ ਕਰਾਂਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।